ਅੱਜ ਅਸੀਂ ਸਾਡੇ ਭਰਾ ਜਿਹਨੇ ਸੁਸਾਈਡ ਨੋਟ ਕਰਕੇ ਆਤਮ ਹੱਤਿਆ ਕਰ ਲਈ ਉਹਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਇਕੱਠੇ ਹੋਏ ਹਾਂ। ਰੋਡ ਜਾਮ ਕੀਤਾ ਅਤੇ ਹੁਣ ਸਾਨੂੰ ਪ੍ਰਸ਼ਾਸਨ ਨੇ ਯਕੀਨ ਦਵਾਇਆ ਜਿਹੜਾ ਪੰਚਾਇਤ ਅਫਸਰ ਸੀਗਾ ਉਹਨੂੰ ਉਹਦੇ ਖਿਲਾਫ਼ ਕਾਰਵਾਈ ਕਰਨ ਵਾਸਤੇ ਡਾਇਰੈਕਟਰ ਸਾਹਿਬ ਨੂੰ ਲਿਖਤਾ, ਉਹ ਕੱਲ੍ਹ ਪਰਸੋਂ ਤੱਕ ਸਸਪੈਂਡ ਹੋ ਜੂਗਾ ਅਤੇ ਪਰਚਾ ਉਹਦੇ ਉੱਤੇ ਦਰਜ ਹੋ ਗਿਆ। ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ। ਤੁਹਾਨੂੰ ਕੀ ਲੱਗਦਾ ਕਾਰਨ ਕੀ ਹੋ ਗਿਆ ਸੀ, ਉਹਨੂੰ ਸੁਸਾਈਡ ਕਿਉਂ ਕਰਨੀ ਪਈ? ਪਤਾ ਕੀ ਹੈ, ਜਦੋਂ ਸਰਕਾਰ ਬਦਲਦੀ ਹੈ ਇਹ ਕੁਦਰਤੀ ਤੌਰ 'ਤੇ ਹੁੰਦਾ ਵੀ ਜਿਹੜੇ ਪੁਰਾਣੇ ਸਰਪੰਚ ਹੁੰਦੇ ਨੇ ਉਹਨਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਇਹ ਤਾਂ ਦੂਜੀ ਪਾਰਟੀ ਦੇ ਨੇ, ਜਦੋਂ ਕਿ ਸਰਪੰਚ ਕਿਸੇ ਵੀ ਸਿੰਬਲ ਦੇ ਉੱਤੇ ਚੋਣ ਨਹੀਂ ਲੜਦਾ, ਉਹ ਸਿਰਫ ਆਜ਼ਾਦ ਤੌਰ 'ਤੇ ਪਿੰਡ ਦੇ ਭਾਈਚਾਰੇ ਤੌਰ 'ਤੇ ਚੋਣ ਲੜਦਾ ਹੁੰਦਾ। ਸਰਕਾਰਾਂ ਇਹਨੂੰ ਦੂਸਰਾ ਸਮਝ ਕੇ ਕਾਰਵਾਈਆਂ ਕਰਨ ਲੱਗ ਜਾਂਦੇ ਨੇ, ਇਸੇ ਕਰਕੇ ਇਹ ਸਰਪੰਚ ਦੇ ਉੱਤੇ ਵੀ ਇਹਨੂੰ ਵਾਰ ਵਾਰ ਤੰਗ ਪਰੇਸ਼ਾਨ ਕੀਤਾ ਗਿਆ ਵੀ ਸਾਡੇ 'ਚ ਆ ਜਾਓ, ਸਰੋਪਾ ਪਾ ਲਓ, ਨਹੀਂ ਤੇਰੀ ਕਾਰਵਾਈ ਕਰਾਂਗੇ। ਐਸੀ ਪਰਿਵਾਰ ਨਾਲ ਵਿਚਾਰਾ ਸੰਬੰਧ ਰੱਖਦਾ ਸੀਗਾ, ਉਹ ਇੰਨੀ ਗੱਲ ਝੱਲ ਨਹੀਂ ਸਕਿਆ, ਇਸ ਕਰਕੇ ਪਰੇਸ਼ਾਨ ਹੋ ਕੇ ਡਿਪਰੈਸ਼ਨ 'ਚ ਆ ਕੇ ਉਹ ਆਤਮ ਹੱਤਿਆ ਕਰ ਗਏ। ਨਹੀਂ ਫਿਲਹਾਲ ਹੁਣ ਅਸੀਂ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਅਤੇ ਲੈਟਰ ਦਿੱਤਾ ਕਾਰਵਾਈ ਕਰਨ ਵਾਸਤੇ, ਅਤੇ ਹਫ਼ਤੇ ਕਦਾ ਸੱਤੋਂ ਤੋਂ ਟਾਈਮ ਮੰਗਿਆ ਵੀ ਗ੍ਰਿਫਤਾਰੀਆਂ ਅਸੀਂ ਕਰ ਲਾਂਗੇ, ਅਤੇ ਯਕੀਨ ਤਾਂ ਮੰਨਣਾ ਪੈਂਦਾ ਹੀ ਹੈ, ਨਹੀਂ ਫਿਰ ਹਫ਼ਤੇ 10 ਦਿਨਾਂ ਤੋਂ ਬਾਅਦ ਅਸੀਂ ਵੱਡਾ ਹੋਰ ਜਥੇਬੰਦੀਆਂ ਨਾਲ ਲੈ ਕੇ ਉਰੇ ਰੱਖੀਏ ਧਰਨਾ, ਚਾਹੇ ਜ਼ਿਲ੍ਹਾ ਪੱਧਰ 'ਤੇ ਰੱਖੀਏ। ਉਹਦਾ ਕਾਰਨ ਇਹ ਹੈ ਨਾ ਜੀ, ਇਹ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਸਰਪੰਚਾਂ ਨੂੰ ਉਹਦੇ ਉੱਤੇ ਦਬਾਅ ਪਾਉਣ ਕਰਕੇ ਸਰਕਾਰ ਆ ਜਿਹੜੀ ਉਹ ਤੋਂ ਵਿਚਾਰੇ ਡਰਦੇ ਨੇ। ਜਿਵੇਂ 3 ਸਰਪੰਚ ਪਹਿਲਾਂ ਸਸਪੈਂਡ ਕਰਤੇ, 16 ਦੀ ਹੋਰ ਲਿਸਟ ਬਣਾ ਰੱਖੀ ਹੈ, ਜਦੋਂ ਤੁਹਾਡੇ ਗੱਲ ਦੇ ਉੱਤੇ ਆਰਾ ਟਿਕਿਆ ਹੋਊਗਾ ਤੁਹਾਨੂੰ ਰੱਬ ਨੇੜੇ ਕਿ ਕਿਸੇ ਨੇੜੇ, ਇਸ ਕਰਕੇ ਸਰਪੰਚ ਥੋੜ੍ਹੇ ਜਿਹੇ ਡਰੇ ਹੋਏ ਨੇ। ਇਸ ਕਰਕੇ ਸਾਨੂੰ ਅਸੀਂ ਤੁਹਾਨੂੰ ਕਹਿ ਰਹੇ ਹਾਂ ਅਗਲੇ ਧਰਨੇ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਤਿਆਰੀ ਕਰਕੇ ਸਰਪੰਚਾਂ ਨੂੰ ਵੱਧ ਤੋਂ ਵੱਧ ਲੈ ਕੇ ਆਵਾਂਗੇ। ਮੈਂ ਤਾਂ ਇਹ ਗੱਲ ਕਹੂੰਗਾ ਵੀ ਪੰਜਾਬ ਦੀ ਕਿਸਮਤ ਮਾੜੀ ਹੈ, ਪੰਜਾਬ ਵਾਰ ਵਾਰ ਜਿਹੜੇ ਤਜਰਬੇ ਕਰਦਾ ਉਹ ਤਾਂ ਨੁਕਸਾਨ ਪੰਜਾਬ ਨੂੰ ਹੋ ਰਿਹਾ, ਕਿਉਂਕਿ ਸਰਕਾਰ ਨਵੀਂ ਹੈ, ਨਵੇਂ ਬੰਦੇ ਚੁਣ ਕੇ ਆਏ ਨੇ, ਇਹਨਾਂ ਨੂੰ ਸਰਕਾਰ ਚਲਾਉਣ ਬਾਰੇ ਹਜੇ ਬਹੁਤਾ ਗਿਆਨ ਨਹੀਂ, ਇਸ ਕਰਕੇ ਹੋ ਰਿਹਾ। ਇਹ ਹਜੇ ਸਾਡੀ ਪੰਚਾਇਤ ਯੂਨੀਅਨ ਹੈ, ਸਾਡੇ ਮੈਂਬਰ ਪੰਚਾਇਤ ਨੇ, ਅਤੇ ਇਸ ਤੋਂ ਬਾਅਦ ਸਾਨੂੰ ਹੋਰ ਵੀ ਲੱਖਾਂ ਸਦਾਣਾ ਬਾਈ ਦਾ ਫੋਨ ਆ ਕੇ ਹੈ, ਉਹ ਕਹਿੰਦਾ ਵੀ ਮੈਂ ਵੀ ਤੁਹਾਨੂੰ ਸਪੋਰਟ ਦੇਊਂਗਾ। ਉਦੋਂ ਭਗਵੰਤ ਮਾਨ ਸਾਹਿਬ ਦੀ ਕੋਠੀ 'ਤੇ ਗ੍ਰਾਹਾਂ ਸਾਹਿਬ ਬੈਠੇ ਨੇ, ਉਹਨਾਂ ਦਾ ਵੀ ਸਾਨੂੰ ਕਿਹਾ ਵੀ ਜਿੱਥੇ ਸਾਡੀ ਲੋੜ ਹੋਊਗੀ, ਕਿਉਂਕਿ ਪੰਚਾਇਤ ਜਿਹੜਾ ਸਰਪੰਚ ਹੁੰਦੀ ਹੈ ਉਹ ਪੰਚਾਇਤ ਦੀ ਮਾਂ ਹੁੰਦੀ ਹੈ, ਜਦੋਂ ਪੰਚਾਇਤ ਦੀ ਮਾਂ ਦੇ ਉੱਤੇ ਹਮਲਾ ਹੋਣ ਲੱਗ ਜੇ ਫਿਰ ਲੋਕ ਵੀ ਉਹਦੇ ਨਾਲ ਹੁੰਦੇ ਨੇ। 51% ਲੋਕਾਂ ਤੋਂ ਚੁਣੇ ਜਾਣ ਤੋਂ ਬਾਅਦ ਹੀ ਸਰਪੰਚ ਬਣਦਾ ਨਾ, ਇਸ ਕਰਕੇ ਵੀ ਲੋਕ ਨੇ ਜਿਹੜੇ ਉਹ ਪੰਚਾਇਤਾਂ ਨਾਲ ਨੇ, ਇਹ ਤਾਂ ਅਸੀਂ ਇਕੱਲੇ ਇਕੱਲੇ ਤੁਰੇ ਹਾਂ, ਜੇ ਅਸੀਂ ਕਾਫਲੇ ਲੈ ਕੇ ਤੁਰਨ ਲੱਗ ਗਏ ਤਾਂ ਐਡੇ ਕੁ ਰੋਡ ਤੱਕ ਹੀ ਅਸੀਂ ਵੱਡੇ ਵੱਡੇ ਰੋਡ ਜਾਮ ਕਰ ਦਾਂਗੇ। ਦੇਖੋ ਮੈਟਰ ਤਾਂ ਇਹ ਹੈ, ਇੱਕ ਸਰਪੰਚ ਸੀਗੇ ਅਮਲੋਹ ਬਲੋਕ 'ਚੋਂ, ਉਹਨਾਂ ਨੇ ਸੁਸਾਈਡ ਕਰ ਲਿਆ ਸੀ, ਜਿਹਦੇ ਰਿਗਾਰਡਿੰਗ ਆਲਰੇਡੀ GRP ਪੁਲਿਸ ਸਟੇਸ਼ਨ ਖੰਨੇ ਵਿਖੇ FIR ਰਜਿਸਟਰ ਹੋ ਚੁੱਕੀ ਹੈ। 7 ਬੰਦਿਆਂ ਦੇ ਖਿਲਾਫ਼ 22 ਨੇ ਅਤੇ ਕੁਛ ਬਾਕੀ ਬੰਦੇ। ਪੰਚਾਇਤ ਯੂਨੀਅਨ ਇਹ ਡਿਮਾਂਡ ਕਰਦੀਆਂ ਸੀ ਵੀ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇੱਕ ਇਹਦੇ 'ਚ ਪੰਜਾਬ ਸੈਕਟਰੀ ਨੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹੀ ਮੈਂ ਯੂਨੀਅਨ ਦੱਸਿਆ ਵੀ ਇਹਨਾਂ ਅਕਿਊਜ਼ ਦੇ ਵਿੱਚੋਂ ਇੱਕ ਜਿਹੜਾ ਅਕਿਊਜ਼ ਆ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ, ਬਾਕੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਸਾਡੀਆਂ ਟੀਮ ਆਲਰੇਡੀ ਜੋਬ 'ਤੇ ਨੇ, ਆਲਰੇਡੀ ਫੀਲਡ 'ਚ ਨੇ, ਅਤੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਰਹੀ ਗੱਲ ਪੰਜਾਬ ਸਕੱਤਰ ਦੀ, ਉਹਦੇ ਰਿਗਾਰਡਿੰਗ ਲੈਟਰ ਉਹਨਾਂ ਦੇ ਡਿਪਾਰਟਮੈਂਟ ਨੂੰ ਅਸੀਂ ਲਿਖ ਦਿੱਤਾ ਗਿਆ, ਅਤੇ ਇੱਥੋਂ BDPO ਸਾਹਿਬ ਵੱਲੋਂ ਡਾਇਰੈਕਟਰ ਪੰਚਾਇਤ ਨੂੰ ਲੈਟਰ ਲਿਖੀ ਜਾ ਚੁੱਕੀ ਹੈ, ਜੋ ਉਹਦੇ ਖਿਲਾਫ਼ ਲੀਗਲ ਐਕਸ਼ਨ ਬਣਦਾ ਉਹ ਅਸੀਂ ਕਰ ਲਾਂਗੇ।